ਵਿਸਾਖੀ ਦੇ ਪਾਵਨ ਦਿਹਾੜੇ 'ਚ ਖਾਲਸਾ ਪੰਥ ਦੀ ਸਿਰਜਣਾ ਦਿਵਸ 'ਤੇ ਦਸਮ ਪਿਤਾ ਦੇ ਇਸ ਪਾਵਨ ਧਰਤੀ ਵਿੱਚ ਵਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੀ 'ਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਕੌਮ ਦਾ ਭਵਿੱਖੀ ਨਹੀਂ ਲੇਕਿਨ ਇਸ ਇਲਾਕੇ ਦਾ ਭਵਿੱਖੀ ਸਾਰਾ ਬਦਲਤਾ ਸੀ। ਅੱਜ ਦੇ ਦਿਨ ਕਿੰਨੇ ਸੌ ਸਾਲ ਪਹਿਲਾਂ, 300 ਸਾਲ ਤੋਂ ਵੀ ਵੱਧ ਪਹਿਲਾਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਝਟਕੇ ਦੇ ਨਾਲ ਉਹਨਾਂ ਮਸੰਦਾਂ ਦਾ ਜਿਹੜਾ ਦਬਦਬਾ ਸੀ, ਜਿਹੜਾ ਲੋਕਾਂ ਦੇ ਤੇ ਰੱਬ ਦੇ ਵਿੱਚ ਇੱਕ ਪਰਦਾ ਬਣ ਕੇ ਵਿੱਚੇ ਖੜੇ ਸੀਗੇ, ਇੱਕ ਝਟਕੇ ਦੇ ਨਾਲ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਝਟਕੇ ਦੇ ਨਾਲ ਸਭ ਕੁਝ ਖਤਮ ਕਰਤਾ ਤੇ ਕਿਹੜਾ ਜਕਾਰਾ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ, ਗੱਜ ਕੇ ਫਤਿਹ ਬੁਲੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਨੇ ਕਿਹਾ, ਨਾ ਕਿਸੇ ਮਸੰਦ ਦਾ, ਨਾ ਕਿਸੇ ਨਕਲੀ ਗੁਰੂ ਦਾ, ਇਹ ਗੁਰੂ ਦਾ ਖਾਲਸਾ, ਇਕੱਲੇ ਗੁਰੂ ਦਾ, ਵਿੱਚੇ ਕੋਈ ਨਹੀਂ। ਉਸ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਿੱਥੇ ਸਿੱਖ ਕੌਮ ਦਾ ਆਉਣ ਵਾਲਾ ਇਤਿਹਾਸ ਬਦਲਿਆ ਗਿਆ ਤੇ ਜਿਹੜੀ ਇਸ ਧਰਤੀ ਵਿੱਚ ਰਹਿਮਤਾਂ ਮਾਲਕ ਨੇ ਕੀਤੀ, ਜਦ ਸ਼੍ਰੀ ਅਨੰਦਪੁਰ ਸਾਹਿਬ ਦੇ ਕੁਝ ਸਾਲਾਂ ਬਾਅਦ ਅਨੰਦਪੁਰ ਸਾਹਿਬ ਤੋਂ ਅੱਜ ਤਲਵੰਡੀ ਸਾਬੋ ਦੇ ਧਰਤੀ ਵਿੱਚ ਮਾਲਕ ਆਏ, 9 ਮਹੀਨੇ 9 ਦਿਨ ਇਸ ਇਲਾਕੇ ਵਿੱਚ ਰਹਿ ਕੇ ਇਸ ਇਲਾਕੇ ਦਾ ਭਵਿੱਖ ਬਦਲਿਆ। ਗੁਰੂ ਸਾਹਿਬ ਦੇ ਸਮੇਂ ਕੀ ਤੁਹਾਡੇ ਆਪਣੇ ਬਚਪਨ ਦੀ ਗੱਲ ਹੈ, ਬਾਦਲ ਸਾਹਿਬ ਮੈਨੂੰ ਦੱਸਦੇ ਨੇ ਕਿ ਇਸ ਇਲਾਕੇ 'ਚ ਕਿਵੇਂ ਇੱਥੇ ਕਿੱਕੜ ਹੁੰਦੇ ਸੀ, ਰੇਤਾ ਹੁੰਦਾ ਸੀ, ਟਿੱਬੇ ਹੁੰਦੇ ਸੀ ਤੇ 325 ਸਾਲ ਪਹਿਲੇ ਕੀ ਇੱਥੇ ਹਾਲਾਤ ਹੁੰਦੇ ਸੀ, ਨਾ ਕੋਈ ਖੇਤ, ਨਾ ਕੋਈ ਫਸਲ, ਨਾ ਕੋਈ ਪਾਣੀ, ਨਾ ਕੋਈ ਨਹਿਰ, ਨਾ ਕੋਈ ਮੰਡੀ, ਨਾ ਕੋਈ ਵਪਾਰ। ਜਦ ਇਸ ਇਲਾਕੇ ਦੇ ਹਾਲਾਤ ਉਹੋ ਜਿਹੇ ਸੀ ਤੇ ਗੁਰੂ ਸਾਹਿਬ ਇੱਥੇ ਆਏ ਤੇ ਫਿਰ ਇਹੋ ਜਿਹੀ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ ਮਾਲਕ ਨੇ ਕਿ ਜਦ ਕੁਛ ਇੱਥੇ ਹੁੰਦਾ ਸੀ, ਹੁੰਦਾ ਨਹੀਂ ਸੀ ਉਸ ਟਾਈਮ, ਮਾਲਕ ਨੇ ਕਿਹਾ ਕਿ ਇੱਥੇ ਹਰੇ ਭਰੇ ਖੇਤ ਹੋਣਗੇ, ਇੱਥੇ ਨਹਿਰਾਂ ਦਾ ਪਾਣੀ ਵਗੂਗਾ ਤੇ ਇਹੋ ਜਿਹੀ ਰਹਿਮਤ ਮਾਲਕ ਦੀ ਕਿ ਅੱਜ ਦੇਖੋ ਹਰੀ ਭਰੀ ਫਸਲ ਹੋਏ, ਨਹਿਰਾਂ ਹੋਣ, ਅੱਜ ਉਸ ਮਾਲਕ ਦੀ ਦੇਣ ਕਿ ਭਾਵੇਂ ਦਾਣੇ ਹੋਣ, ਭਾਵੇਂ ਕਪਾਸ ਹੋਏ, ਇਹਨਾਂ ਦਾਣਿਆਂ ਦੇ ਹੋਣ ਦੇ ਨਾਲ ਹਰ ਦੂਜਾ ਸ਼ਹਿਰ ਇੱਥੇ ਇੱਕ ਮੰਡੀ ਬਣੀ, ਇਸ ਮੰਡੀ ਦੇ ਇੱਥੇ ਆਉਣ ਦੇ ਨਾਲ ਇਸ ਇਲਾਕੇ ਵਿੱਚ ਖੇਤੀਬਾੜੀ ਵੀ ਵਧੀ, ਇਸ ਇਲਾਕੇ ਵਿੱਚ ਵਪਾਰ ਵੀ ਵਧਿਆ, ਦੁਕਾਨਦਾਰੀ ਵੀ ਵਧੀ ਤੇ ਇੱਥੇ ਖੁਸ਼ਹਾਲੀ ਵੀ ਆਈ। ਅਸੀਂ ਕਦੇ ਵੀ ਗੁਰੂ ਸਾਹਿਬ ਦੀ ਰਹਿਮਤਾਂ ਨੂੰ ਭੁੱਲ ਨਹੀਂ ਸਕਦੇ ਤੇ ਇਸ ਗੱਲ ਨੂੰ ਯਾਦ ਰੱਖੀਏ ਕਿ ਅੱਜ ਦੇ ਦਿਨ ਦਿੱਤਾ ਹੋਇਆ ਉਹ ਗੁਰੂ ਸਾਹਿਬ ਦਾ ਅਮਲ, ਵਾਹਿਗੁਰੂ ਜੀ ਕਾ ਖਾਲਸਾ, ਜਦੋਂ ਵੀ ਅਸੀਂ ਇਸ ਵਾਹਿਗੁਰੂ ਜੀ ਦੇ ਖਾਲਸੇ ਦੇ ਜੈਕਾਰੇ ਨੂੰ ਅਸੀਂ ਬੁਲੰਦ ਕਰਦੇ ਹਾਂ, ਅਸੀਂ ਮੁੜ ਖਾਲਸਾ ਪੰਥ ਦੀ ਸਿਰਜਣਾ ਨੂੰ, ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿ ਗੁਰੂ ਸਾਹਿਬ ਇਹ ਖਾਲਸਾ ਪੰਥ ਇਹ ਤੁਹਾਡਾ ਆਪਣਾ ਹੈ, ਗੁਰੂ ਸਾਹਿਬ ਦਾ ਆਪਣਾ ਹੈਗਾ। ਇਸ ਕਰਕੇ ਬੇਨਤੀ ਕਰਦੀ ਹਾਂ ਕਿ ਗੁਰੂ ਸਾਹਿਬ ਦੇ ਇੱਕ ਇੱਕ ਚੀਜ਼ ਵਿੱਚ ਭਾਵੇਂ 300 ਸਾਲ ਪਹਿਲਾਂ ਦੀ ਗੱਲਾਂ ਹੋਣ,
ਭਾਵੇਂ ਆਉਣ ਵਾਲੇ ਅਗਲੇ 3000 ਸਾਲ ਹੋਣ, ਉਹਨਾਂ ਦੇ ਹਰੇਕ ਗੱਲ ਵਿੱਚ ਸਾਡੇ ਵਾਸਤੇ ਕੁਝ ਸਿੱਖਣ ਨੂੰ ਮਿਲਦਾ ਹੈਗਾ। ਜੇ ਗੱਲ ਕਰੀਏ ਕਿ ਅੱਜ ਦੇ ਦਿਨ ਕਿਵੇਂ ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਤੇ ਕੀ ਸੀਗੇ 5 ਪਿਆਰੇ। ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ ਤਾਂ 70 ਸਾਲ ਹੋਏ ਨੇ, ਲੇਕਿਨ ਜੇ ਅਸਲੀ ਡੈਮੋਕ੍ਰੇਸੀ ਦੀ ਗੱਲ ਕਰੀਏ ਜਾਂ ਅਸਲੀ ਲੋਕਤੰਤਰ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਤਾਂ 300 ਸਾਲ ਪਹਿਲਾਂ ਹੀ ਦਿਖਾਤਾ ਸੀ। ਹਿੰਦੁਸਤਾਨ ਦੇ ਕੋਨੇ ਕੋਨੇ ਤੋਂ, ਕੋਈ ਹੋਏ ਕਰਨਾਟਕ ਤੋਂ 5 ਪਿਆਰੇ, ਕੋਈ ਕਰਨਾਟਕ ਤੋਂ, ਕੋਈ ਉੜੀਸਾ ਤੋਂ, ਕੋਈ ਲਾਹੌਰ ਤੋਂ, ਕੋਈ ਦਿੱਲੀ ਤੋਂ, ਦੇਸ਼ ਦੇ ਅੱਡ ਅੱਡ ਕੋਨਿਆਂ ਤੋਂ ਹੋਏ, ਜਾਂ ਫਿਰ ਕਿਸੇ ਵੀ ਕਿੱਤਾ ਦੇ ਨਾਲ, ਕੋਈ ਜੱਟ ਹੋਏ, ਕੋਈ ਛਿੰਬਾ ਹੋਏ, ਕੋਈ ਨਾਈ ਹੋਏ, ਜਾਂ ਫਿਰ ਕੋਈ ਖੱਤਰੀ ਹੋਏ, ਅੱਡ ਅੱਡ ਜਾਤਾਂ ਨੂੰ, ਅੱਡ ਅੱਡ ਧਰਮਾਂ ਨੂੰ ਇਕੱਠਾ ਕਰਕੇ ਇਹ ਦੇਸ਼ ਨੂੰ ਇੱਕ ਬਣਾਇਆ, ਇਸ ਕੌਮ ਨੂੰ ਇੱਕ ਬਣਾਇਆ। ਜਿਹੜਾ ਉਹ 5 ਪਿਆਰਿਆਂ ਦੀ ਸਿਰਜਣਾ ਕਰਕੇ ਜਿਹੜੀ ਪੰਚਾਇਤ ਦੀ ਰਸਮ ਉਸ ਟਾਈਮ ਗੁਰੂ ਸਾਹਿਬ ਨੇ ਰਚੀ ਸੀ, ਉਹ ਪੰਚਾਇਤ ਅੱਜ ਤਾਈਂ ਚੱਲਦੀ ਹੈ। 300 ਸਾਲਾਂ ਤੋਂ ਵੀ ਵੱਧ ਪੁਰਾਣੀ ਗੱਲ ਹੈ। ਗੁਰੂ ਸਾਹਿਬ ਦੀ ਇੱਕ ਇੱਕ ਗੱਲ ਵਿੱਚ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਜਿਸ ਗੁਰੂ ਸਾਹਿਬ ਨੇ ਇੰਨੇ 100 ਸਾਲ ਪਹਿਲੇ ਕਿਹਾ ਸੀ ਕਿ ਆਹ ਤਲਵੰਡੀ ਸਾਹਿਬੋ ਗੁਰੂ ਦੀ ਕਾਸ਼ੀ ਹੋਊਗੀ, ਜਦ ਇੱਥੇ ਕੁਝ ਹੁੰਦਾ ਨਹੀਂ ਸੀ, ਅੱਜ ਕਿੰਨੇ ਸਾਰੇ ਡਿਗਰੀ ਕਾਲਜ, ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜ, ਸੂਬੇ ਦਾ ਕੱਲਾ ਜਿਹੜਾ ਇੱਕ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇਸ ਖੇਤਰ ਵਿੱਚ ਹੈਗੀ। ਸੋ ਮੈਂ ਆਹੀ ਕਹਿ ਸਕਦੀ ਹਾਂ ਕਿ ਇਸ ਪਾਵਨ ਧਰਤੀ ਵਿੱਚ ਜਿੱਥੇ 9ਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਨੇ, ਇੱਥੇ ਦਸਮ ਪਿਤਾ ਦੇ ਚਰਨ ਛੋਹ ਪ੍ਰਾਪਤ ਨੇ, ਇੱਥੇ ਹੀ ਮੁੜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ, ਸੰਪੂਰਨਤਾਈ ਕਰਕੇ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕੀਤੀ, ਤੇ ਫਿਰ ਇੱਥੋਂ ਜਦ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਤੋਂ ਅਖੀਰਲੀ ਵਾਰ ਇਸ ਧਰਤੀ ਤੋਂ ਜਾ ਕੇ ਨੰਦੇੜ ਸਾਹਿਬ ਜਦ ਪਹੁੰਚੇ, ਤੇ ਫਿਰ ਇੱਥੇ ਸੰਪੂਰਨ ਕੀਤੇ ਹੋਏ ਗੁਰੂ ਸਾਹਿਬ ਨੂੰ ਗੁਰੂ ਮਾਨਿਓ ਗ੍ਰੰਥ ਦਾ ਦਰਜਾ ਦੇ ਕੇ ਜ਼ਿੰਦਾ ਜਾਗਦਾ ਗੁਰੂ ਸਾਹਿਬ ਸਾਡੇ ਸਿੱਖਾਂ ਨੂੰ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅੱਜ ਖਾਲਸਾ ਜੀ ਸਾਰਿਆਂ ਨੂੰ ਆਹੀ ਬੇਨਤੀ ਕਰਾਂਗੇ ਕਿ ਅੱਜ ਦੇ ਦਿਨ ਇਕੱਲੇ ਮੱਥਾ ਟੇਕ ਕੇ ਨਹੀਂ, ਲੇਕਿਨ ਇੱਕ ਵਾਰ ਫਿਰ ਮੁਰ ਗੁਰੂ ਦੇ ਦਿਸਟਾਏ ਹੋਏ, ਦਿਖਾਏ ਹੋਏ ਰਾਸਤੇ ਨੂੰ ਯਾਦ ਕਰੀਏ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਯਾਦ ਕਰੀਏ ਕਿ ਇੱਕ ਪੰਥ ਹੋਏ ਜਿਹੜੇ ਗੁਰੂ ਸਾਹਿਬ ਤੋਂ ਸਿਰਜਿਆ ਹੋਇਆ ਹੈ, ਇੱਕ ਗ੍ਰੰਥ ਹੋਏ ਜਿਹਨੂੰ ਸਿੱਖ ਕੌਮ ਨੂੰ ਗੁਰੂ ਮਾਨਿਓ ਗ੍ਰੰਥ ਕਿਹਾ ਹੈਗਾ, ਤੇ ਇੱਕ ਤਖ਼ਤ ਹੋਏ ਜਿਸ ਤਖ਼ਤ ਨੂੰ 6ਵੇਂ ਪਾਤਸ਼ਾਹ ਨੇ ਸਭ ਸਿੱਖਣ ਨੂੰ ਉਹਨਾਂ ਦੇ ਨਾਲ ਜੋੜਿਆ ਹੋਇਆ ਹੈ। ਇਸ ਪਾਵਨ ਧਰਤੀ 'ਚ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਨੇ, ਅੱਜ ਭੁੱਲ ਨਹੀਂ ਸਕਦੇ ਕਿਹੋ ਜਿਹੇ ਮਹਾਨ ਯੋਧਿਆ ਸੂਰਿਆਨਾ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ, ਇਹਨਾਂ ਸਾਰਿਆਂ ਦੇ ਇੱਥੇ ਇੰਨਾ ਪੁਰਾਣਾ ਇਤਿਹਾਸ ਹੈਗਾ। ਤੇ ਅਖੀਰ 'ਚ ਮੈਂ ਇਹਨਾਂ ਗੱਲਾਂ ਨਾਲ ਆਪਣੀ ਗੱਲ ਸਮਾਪਤ ਕਰਦੀ ਹਾਂ ਕਿ ਜਦ ਭਾਈ ਮਨੀ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਾਇਆ, ਤੇ ਉਹ ਪਾਠ ਗੁਰੂ ਸਾਹਿਬ ਨੇ ਬੈਠ ਕੇ ਸੁਣਿਆ, ਤੇ ਉਸ ਸਮੇਂ ਜਦ ਹੁਕਮਨਾਮਾ ਨਿਕਲਿਆ, ਰਾਗ ਟੋਡੀ ਦਾ 5ਵੇਂ ਪਾਤਸ਼ਾਹ ਦਾ ਹੁਕਮਨਾਮਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਇਹੋ ਜਿਹੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਧੰਨ ਧੰਨ ਕਲਗੀਧਰ ਪਾਤਸ਼ਾਹ ਨੇ ਸਾਡੇ ਨੂੰ ਜੋੜਿਆ ਹੈ, ਜਿਹਦੇ ਨਾਲ ਹਰ ਤਰ੍ਹਾਂ ਦਾ ਸੁੱਖ ਮਿਲਦਾ ਹੈ, ਤੇ ਹਰ ਤਰ੍ਹਾਂ ਦੀ ਦੁੱਖ ਦਰਦ ਕਲੇਸ਼ ਚਿੰਤਾ ਸਾਰੀ ਲੈ ਜਾਂਦੀਆਂ ਨੇ।
ਅੱਜ ਅਸੋ ਇਹੀ ਪ੍ਰੇਰਣਾ ਇੱਥੋਂ ਲੈ ਕੇ ਜਾਈਏ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਤੇ ਅਖੀਰ 'ਚ ਖਾਲਸਾ ਜੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਬਹੁਤ ਵਧੀਆ ਮੁਹਿੰਮ ਅੱਜ ਸ਼ੁਰੂ ਹੋਈ ਹੈ ਮੇਰੀ ਦਸਤਾਰ ਮੇਰੀ ਸ਼ਾਨ ਅੱਜ ਇੱਥੋਂ ਪ੍ਰਣ ਕਰਕੇ ਜਾਈਏ ਆਪਣੇ ਘਰਾਂ ਵਿੱਚ ਜਾ ਕੇ ਇਸ ਸ਼ਾਨ ਨੂੰ ਗੁਰੂ ਸਾਹਿਬ ਦੇ ਦਿਖਾਏ ਹੋਏ ਰਸਤੇ ਵਿੱਚ ਅੱਗੇ ਵੱਧਦੇ ਹੋਏ ਜਿਸ ਗੁਰੂ ਸਾਹਿਬ ਨੇ ਮਾਤਾ ਸੁੰਦਰੀ ਜੀ ਨੂੰ ਇਸ ਇਲਾਕੇ 'ਚ ਇਸ ਸਥਾਨ 'ਚ ਜਦ ਮਾਤਾ ਜੀ ਨੇ ਪੁੱਛਿਆ ਕਿ ਮੇਰੇ ਲਾਲ ਕਿੱਥੇ ਨੇ ਮੇਰੇ ਵੀਰ ਕਿੱਥੇ ਮੇਰੇ ਬੇਟੇ ਕਿੱਥੇ ਨੇ ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਹੀ ਬਾਹਾਂ ਹਿਲਾ ਕੇ ਕਿਹਾ ਇਨ ਪੁੱਤਰਨ ਕੇ ਸੀਸ ਪੇ ਚਾਰ ਦੀਏ ਸੁਖ ਚਾਰ ਚਾਰ ਮੂਹਾਂ ਤੇ ਕਿਹਾ ਹੁਆ ਜੀਵਿਤ ਕਈ ਹਜ਼ਾਰ ਅੱਜ ਧੰਨ ਕਲਗੀਧਰ ਪਾਤਸ਼ਾਹ ਦੇ ਕੁਰਬਾਨੀ ਸਦਕਾ ਅੱਜ ਇਹ ਹਜ਼ਾਰਾਂ ਦੀ ਗਿਣਤੀ 'ਚ ਜੇ ਸਾਡੇ ਵੰਸ਼ ਅੱਗੇ ਵੱਧਦੇ ਨੇ ਉਹ ਕਲਗੀਧਰ ਪਾਤਸ਼ਾਹ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਸਦਕਾ ਵੱਧਦੇ ਨੇ ਸਾਡਾ ਫਰਜ਼ ਸਾਡਾ ਧਰਮ ਬਣਦਾ ਹੈ ਕਿ ਮਾਲਿਕ ਦੇ ਦਿਖਾਏ ਹੋਏ ਰਸਤੇ ਤੇ ਚੱਲੀਏ ਜਿਹੜਾ ਬਾਣਾ ਜਿਹੜਾ ਗੁਰੂ ਸਾਹਿਬ ਨੇ ਦਸਤਾਰ ਸਜਾਈ ਸਿੱਖ ਸਿੱਖੀ ਸਰੂਪ ਦਿੱਤਾ ਜਿਹੜੀ ਸੋਚ ਦਿੱਤੀ ਮਜ਼ਲੂਮ ਤੇ ਮਾਸੂਮਾਂ ਦੀ ਰੱਖਿਆ ਕਰਨਾ ਉਸ ਰਸਤੇ ਤੇ ਚੱਲੀਏ ਸੱਚੀ ਸੁੱਚੀ ਸ਼ਰਧਾ ਇਹਦੇ ਵਿੱਚ ਹੋਊਗੀ ਕਿਉਂਕਿ ਮਾਲਿਕ ਨੇ ਆਪ ਹੀ ਦਿਖਾਇਆ ਕਿ ਦੇਸ਼ ਦੇ ਅੱਡ ਅੱਡ ਜਾਤੀਆਂ ਦੇ ਅੱਡ ਅੱਡ ਕੋਨੇ ਤੋਂ ਜਦ ਸਾਰੇ ਇੱਕ ਹੋ ਜਾਂਦੇ ਨੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੁੰਦੀ ਹੈ ਸਿੱਖ ਕੌਮ ਤਕੜਾ ਹੁੰਦਾ ਹੈ ਅੱਜ ਦੀ ਦਿਨ 'ਚ ਵੀ ਜਿਵੇਂ ਪਹਿਲੇ ਇਸ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਸਾਰੀ ਸਾਜ਼ਿਸ਼ਾਂ ਰਚੀਆਂ ਗਈਆਂ ਸੀ ਅੱਜ ਵੀ ਉਹੀ ਦੌਰ ਦੇ ਵਿੱਚੋਂ ਆਪਾਂ ਨਿਕਲ ਰਹੇ ਹਾਂ ਅੱਜ ਲੋੜ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਇੱਕ ਝਟਕੇ ਦੇ ਨਾਲ ਮਸੰਦਾਂ ਨੂੰ ਦੂਰ ਕਰਕੇ ਇਸ ਕੌਮ ਨੇ ਗੁਰੂ ਸਾਹਿਬ ਦੇ ਨਾਲ ਜੋੜਿਆ ਉਸੇ ਤਰ੍ਹਾਂ ਜਿਹੜੇ ਗੁਰੂ ਦੇ ਨਾਲ ਜੋੜਦੇ ਨਹੀਂ ਹੈਗੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨਹੀਂ ਹੈਗੇ ਜਿਹੜੇ ਆਪਣੇ ਨਾਲ ਜੋੜਦੇ ਉਹਨਾਂ ਨਕਲੀਆਂ ਗੁਰੂਆਂ ਤੋਂ ਬਚੀਏ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਗੁਰੂ ਦੇ ਦਿਖਾਏ ਹੋਏ ਰਾਹ ਤੇ ਚੱਲੀਏ ਤੇ ਬਿਆਨ ਗੁਰੂ ਦੀ ਖੁਸ਼ੀਆਂ ਪਾਈਏ ਇਹਨਾਂ ਹੀ ਬਚਨਾਂ ਦੇ ਨਾਲ ਜੇ ਕੁਛ ਗਲਤ ਕਿਹਾ ਸੁਣਿਆ ਗਿਆ ਤੁਹਾਡੇ ਤੋਂ ਮਾਫ਼ੀ ਵੀ ਮੰਗਦੀ ਹਾਂ ਤੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਵੀ ਕਰਦੀ ਹਾਂ ਕਿ ਬਹੁਤ ਲੰਬੇ ਚਿਰ ਦੇ ਨਾਲ ਚਿਰ ਤੋਂ ਤੁਸੀਂ ਸਾਰੇ ਇੱਥੇ ਬੈਠੇ ਹੋ ਅੱਜ ਡਾਕਟਰ BR ਅੰਬੇਦਕਰ ਜੀ ਦਾ ਵੀ ਜਨਮ ਦਿਹਾੜਾ ਹੈਗਾ ਮੈਂ ਆਪਣੇ ਸਾਰੇ ਦਲਿਤ ਭਾਈਚਾਰੇ ਨੂੰ ਵੀ ਉਹਨਾਂ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਇਸ ਕੌਮ ਨੂੰ ਚੜ੍ਹਦੀ ਕਲਾ 'ਚ ਹਮੇਸ਼ਾ ਰੱਖਣ ਜਾਤ ਪਾਤ ਊਚ ਨੀਚ ਭੇਦ ਭਾਵ ਤੋਂ ਉੱਪਰ ਉੱਠ ਕੇ ਜਿਹੜੇ ਪਿੰਡ ਪਿੰਡ 'ਚ ਅਸੀਂ ਅੱਡ ਅੱਡ ਸਿਵੇ ਬਣਾਏ ਹੋਏ ਨੇ ਅੱਡ ਅੱਡ ਗੁਰਦੁਆਰੇ ਬਣਾਏ ਹੋਏ ਨੇ ਮਾਲਿਕ ਸਾਨੂੰ ਸਮਤ ਬਖਸ਼ਣ ਕਿ ਜਿਹੜੀ ਏਕਤਾ ਤੇ ਅਖੰਡਤਾ ਦੀ ਤੁਸੀਂ ਸਾਨੂੰ ਸਮਤ ਬਖਸ਼ ਕੇ ਇਸ ਪੰਥ ਨੂੰ ਇੱਕ ਕੀਤਾ ਸੀ ਅੱਜ ਤੁਹਾਡਾ ਹਰੇਕ ਸਿੱਖ ਇੱਕ ਹੋ ਕੇ ਇੱਕ ਵਾਰ ਫਿਰ ਇਸ ਪੰਥ ਦੀ ਚੜ੍ਹਦੀ ਕਲਾ ਨੂੰ ਉਸੇ ਤਰ੍ਹਾਂ ਤਾਕਤਵਰ ਹਮੇਸ਼ਾ ਰੱਖੇ ਜਿਵੇਂ ਤੁਸੀਂ ਆਸ ਕਰੀ ਸੀ ਤੇ ਜਿਵੇਂ ਤੁਸੀਂ ਸਿਰਜਿਆ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ